ਇਨੀ ਧੁੱਪ ਹੈ ਬਾਹਰ, ਬਸ ਕਰਾਈ ਪਈ ਆ ਸਾਰੀ ਦਿਹਾੜੀ। ਅੱਜ ਤਾਂ ਨਾਸ ਵੱਜ ਗਿਆ ਜੇ ਖਾਣਿਆਂ ਦਾ। ਹਾਂ ਕੀ ਬਣਿਆ ਤੇਰਾ ਰਿਸ਼ਤੇ ਦਾ? ਰਿਸ਼ਤੇ ਦਾ ਬਣਿਆ, ਪਹਿਲਾਂ ਪਾਣੀ ਤਾਂ ਦੇ ਦਿਓ। ਲੈ ਤੂੰ ਪੀ ਲਾ, ਮੇਰੇ ਖਾਤਰ ਆਇਆ ਤਾਂ। ਰਿਸ਼ਤੇ ਦੀ ਸੁਣ ਲਓ, ਉਹ ਤਾਂ ਮੈਨੂੰ ਦਰਵਾਜ਼ੇ ਮੂਹਰੇ ਗੱਡੀ 'ਚ ਤਾਰ ਕੇ ਮੁੜ ਗਏ, ਕਹਿੰਦੇ ਵੀ ਸਾਨੂੰ ਕਾਹਲੀ ਆ ਵੀ ਅਸੀਂ ਜਾਣਾ। ਮੈਂ ਕਿਹਾ ਚੱਲ ਠੀਕ ਆ, ਮੈਂ ਹੁਣ ਤੁਹਾਨੂੰ ਦੱਸਦੀ ਹਾਂ ਰਿਸ਼ਤੇ ਦੀ ਗੱਲ। ਹੁਣ ਉਹ ਪਰਿਵਾਰ ਨੂੰ ਆਪਾਂ ਕਿੰਨੇ ਜਾਣਦੇ ਹਾਂ, ਕਿੰਨਾ ਆਪਣਾ ਉਹਨਾਂ ਨਾਲ ਸਹਿਚਾਰ ਹੈ, ਹੈ ਇੱਧਰ ਉੱਧਰ ਆਪਾਂ ਆਉਂਦੇ ਜਾਂਦੇ ਹਾਂ, ਸਾਰੀਆਂ ਗੱਲਾਂ ਬਾਤਾਂ ਕਰਦੇ। ਅੱਗੇ ਵੀ ਤਾਂ ਦੂਈ ਕੁੜੀ ਦਾ ਰਿਸ਼ਤਾ ਕਰਾਇਆ ਹੀ ਹੈ। ਚੱਲ ਮੈਂ ਸਾਰੀ ਗੱਲਬਾਤ ਜਿਵੇਂ ਤੁਸੀਂ ਕਿਹਾ ਮੈਂ ਵੀ ਜਾਣ ਦਿੱਤੀ ਸਾਰੀ, ਆਪਾਂ ਦੇਖ ਸੱਚਾਈ ਕਰੀ ਹੈ। ਉਹਨਾਂ ਦੀ ਧੀ ਹੋਈ, ਆਪਣੀ ਧੀ ਹੋਈ, ਇੱਕੋ ਗੱਲ ਹੈ ਨਾ ਜੀ। ਅਤੇ ਉਦੋਂ ਬਾਅਦ ਪਿੰਡ 'ਚੋਂ ਕੋਈ ਜਾਂ ਵੱਡਾ ਕੋਈ ਜਾਇਆ ਆ ਹੋਣਾ ਦੁੱਖ ਬੰਦਾ, ਜਾ ਕੇ ਉਹਨਾਂ ਨੂੰ ਕਿਹਾ ਆ ਕਿ ਮੁੰਡਾ ਤਾਂ ਵਿਹਲਾ ਹੀ ਫਿਰਦਾ ਜੀ, ਮੁੰਡਾ ਤਾਂ ਡੱਕਾ ਨਹੀਂ ਜੀ ਤੋੜਦਾ, ਖਾਣੇ ਪੀਣੇ ਵਾਲਾ ਉਹ ਤਾਂ ਵੜ ਗਏ। ਉਹ ਕਹਿੰਦੇ ਭੈਣ ਤੂੰ ਸਾਡੇ ਕੋਲ ਝੂਠ ਬੋਲੀ। ਮਹਾਂ ਭਰਾਵਾ, ਭੈਣ ਨੇ ਜਿੱਥੇ ਗੱਲ ਕਰਤੀ ਉਹੀ ਹੋਊਗੀ ਪੱਥਰ 'ਤੇ ਲਕੀਰ। ਭੈਣ ਕੋਈ ਨਹੀਂ ਝੂਠ ਬੋਲੀ, ਜਿਹੜਾ ਬੰਦਾ ਤੁਹਾਡੇ ਕੋਲ ਆਇਆ ਭਾਨੀ ਮਾਰਨ ਚੱਲ ਕੇ ਆਇਆ ਉਹ, ਠੀਕ ਹੈ। ਜੇ ਕੱਲ ਨੂੰ ਤੁਹਾਨੂੰ ਕਿਸੇ ਗੱਲ ਦਾ ਪਤਾ ਲੱਗਦਾ, ਮੇਰੀ ਵੀ ਤਾਂ ਬੇਇੱਜ਼ਤੀ ਹੈ ਇਹਦੇ ਵਿੱਚ, ਸੱਚਾਈਆਂ ਕਦੇ ਲੁਕੀਆਂ ਨਹੀਂ ਲੁਕਦੇ। ਹਾਂਜੀ, ਚੱਲ ਉਦੋਂ ਬਾਅਦ ਹੁਣ ਜਿਹੜਾ ਉਹ ਬੰਦਾ, ਮੈਂ ਕਿਹਾ ਤੁਸੀਂ ਉਹਦਾ ਸੱਚ ਮੰਨ ਲਿਆ ਜਿਹੜੀ ਮੈਂ ਦੱਸ ਦਿੰਦੀ ਗੇੜੇ ਕੱਢਦੀ ਹਾਂ, ਠੀਕ ਹੈ, ਮੈਂ ਇਹਨੂੰ ਆਪਣੀ ਧੀ ਸਮਝਦੀ ਹਾਂ, ਤੁਸੀਂ ਮੈਨੂੰ ਮਿੰਟ 'ਚ ਪਰਾਈ ਕਰਤਾ ਵੀ ਤੂੰ ਝੂਠ ਬੋਲਦੀ ਆ ਉਹ ਸੱਚ ਬੋਲਦਾ। ਮੈਂ ਕਿਹਾ ਪਿੰਡ 'ਚ ਇੱਕ ਅੱਧਾ ਲੱਡੂ ਤਾਂ ਇਹੋ ਜਿਹਾ ਹੁੰਦਾ ਜਿਹੜਾ ਇਹ ਪਾਪ ਖੱਟਦਾ। ਦੇਖ ਸਰਦਾਰ ਜੀ, ਦੋ ਸਿਰ ਭਿੜਦੇ ਕਹਿੰਦੇ ਆ ਹਟਾਉਣੇ, ਇਹ ਬਹੁਤ ਮਾੜੀ ਗੱਲ ਹੈ। ਹਾਂ ਕਿਸੇ ਦਾ ਜਵਾਕ ਗਲਤ ਹੈ ਤਾਂ ਕਹੋ, ਮੈਂ ਨਹੀਂ ਕਹਿੰਦੀ, ਜੇ ਸਾਨੂੰ ਕੋਈ ਪੁੱਛਦਾ ਤਾਂ, ਜੇ ਕਿਸੇ ਨੂੰ ਰਿਸ਼ਤਾ ਪੁੱਗਦਾ ਤਾਂ ਅਗਲਾ ਧੀ ਦਾ ਮਾਪਾ ਕਰਦਾ, ਠੀਕ ਹੈ। ਹੁਣ ਮੇਰਾ ਤਾਂ ਉਹੀ ਕੰਮ ਕਰਤਾ, ਇਹ 'ਚ ਹੱਦ ਕਾਲੀ ਗੱਲ ਹੋ ਜਾਂਦੀ ਹੈ। ਕੁੜੀ ਨੂੰ ਸਾਡੇ ਵੱਲੋਂ ਖੂਹ 'ਚ ਧੱਕਾ ਦਿਓ। ਤੈਨੂੰ ਮੈਂ ਕਿਹਾ ਤਾਂ ਵੀ ਨਾ ਪੰਗੇ ਲੈ ਇਹੋ ਜਿਹੇ, ਪੰਗੇ ਲੈਣ ਵਾਲੀ ਗੱਲ ਨਹੀਂ ਸਰਦਾਰ ਜੀ। ਭਲਾ ਜਿਹੜਾ ਭਲਾ ਹੈ ਇਹ ਕਰਨਾ ਬਹੁਤ, ਅੱਜ ਕੱਲ੍ਹ ਨਾ ਚੰਗੇ ਮੁੰਡੇ ਮਿਲਣ, ਨਾ ਚੰਗੀਆਂ ਮਿਲਣ ਕੁੜੀਆਂ ਛੇਤੀ ਛੇਤੀ। ਜੇ ਮੈਂ ਪੁੰਨ ਖੱਟਦੀ ਤੀ ਕਿਹੜਾ ਕੋਈ ਗੁਨਾਹ ਕਰਦੀ ਤੀ? ਅੱਜ ਕੱਲ੍ਹ ਤਾਂ ਨੇਕੀ ਕਰਕੇ ਜੁੱਤੀਆਂ ਖਾਣੇ ਵਾਲਾ ਕੰਮ ਹੈ। ਚੱਲ ਕੋਈ ਨਹੀਂ, ਜਿਵੇਂ ਧੀ ਦੇ ਕਰਨਾ ਹੋਵੇ ਬਣ ਜਾਣਾ। ਮੈਂ ਤਾਂ ਕਹਿੰਦੀ ਵੀ ਚੱਲ ਇੱਧਰ ਦੇਖੇ ਪਰਖੇ ਹੋਏ ਆ ਸਭ ਕੁਛ, ਮੁੰਡੇ ਨੂੰ ਆਪਾਂ ਦੇਖਦੇ ਹਾਂ ਆਪਣੇ ਆਪਣੀਆਂ ਅੱਖਾਂ ਦੇ ਸਾਹਮਣੇ ਹੈ, ਹੈਂ ਵੀ ਚੱਲ ਕਰਾ ਦਿੰਦੇ ਹਾਂ, ਆਪਾਂ ਕਿਹੜਾ ਕੋਈ ਗੁਨਾਹ ਕਰਨ ਲੱਗੇ। ਤੇ ਜੇ ਭਾਈ ਉਹ ਬੰਦਾ ਹੀ ਝੂਠ ਸੱਚ ਬੋਲਦਾ ਤਾਂ ਠੀਕ ਆ, ਆਹ ਕੁਛ ਕਰਦੇ ਆ ਲੋਕ, ਚੰਗਿਆਂ ਦੀਆਂ ਵੀ ਭਾਨੀਆਂ ਵੱਜੀ ਜਾਂਦੀਆਂ, ਮਾੜਿਆਂ ਦੀ ਤੇ ਵੱਜਣੀਆਂ, ਤਾਂ ਹੀ ਨਹੀਂ ਅਗਲੇ ਕਾਰਡਾਂ ਦੇ ਨਾਂ ਛਪਾਉਂਦੇ। ਨਹੀਂ ਛਪਾਉਂਦੇ, ਪਿੰਡਾਂ ਦੇ ਨਾਂ ਛਪਾਉਂਦੇ ਅਗਲੇ ਕਾਰਡਾਂ ਦੇ, ਸਿੱਧਾ ਪੈਲਸ ਦਾ ਹੀ ਦੱਸਣਗੇ ਵੀ ਫਲਾਣੀ ਜਗ੍ਹਾ ਪੈਲਸ 'ਚ, ਫਲਾਣੀ ਜਗ੍ਹਾ ਅਸੀਂ ਪੈਲਸ 'ਚ ਜਾਣਾ, ਆਹ ਕੁਛ ਹੁੰਦਾ, ਤਾਂ ਹੀ ਅਗਲਾ ਸੱਚਾ ਹੈ ਵੀ ਭਾਨੀਆਂ ਵੱਜਦੀਆਂ ਨੇ। ਚੱਲ ਅਸੀਂ ਤੇ ਮਰਾਉਣ ਫੜ ਕੇ, ਮੈਂ ਤਾਂ ਸਾਰੀ ਦਿਹਾੜੀ ਘੱਸੂ ਫਿਰ ਨਾ ਗਰਮੀ 'ਚ ਮਰੋ ਮਰੋ ਕਰਕੇ ਕੰਮ ਕਰਕੇ ਗਈ, ਹੁਣ ਆ ਕੇ ਫਿਰ ਗਿਰੀ ਹਾਂ, ਹੁਣ ਫਿਰ ਘਰ ਦਾ ਕੰਮ ਕਰਨਾ, ਕੋਈ ਸੌਖਾ ਥੋੜ੍ਹੀ ਹੈ। ਚੁੱਪ ਕਰਕੇ ਰੱਬ ਰੱਬ ਕਰ, ਇਹਨਾਂ ਗੱਲਾਂ 'ਚੋਂ ਨਿਕਲ ਬਾਹਰ, ਛੱਡ ਪਰੇ ਤੋਂ। ਸੱਚੀ ਗੱਲ ਹੈ, ਮੈਂ ਕਿਹਾ ਵਧੀਆ ਛੇਤੀ ਉਹ ਖੜਾ ਛੁੱਟ ਗਿਆ, ਕਿਤੇ ਗਾਹਾਂ ਨਾ ਮੁੰਦੀ ਪੈ ਗਈ, ਗਾਹਾਂ ਨਾ ਮੁੰਦੀ ਪੈ ਗਈ। ਆਪਾਂ ਤਾਂ ਦੇਖ ਸੱਚਾਈ ਲੜ ਬੰਨੀ ਹੋਈ ਆ, ਸੱਚੀ ਉਹ ਗੱਲ ਕਰਨੀ ਹੈ, ਨਹੀਂ ਅਗਲੇ ਨੂੰ ਪੁੱਗੀ ਅਗਲੇ ਦੀ ਕਿਸਮਤ ਹੈ, ਆਪਾਂ ਤਾਂ ਹੱਥ ਬੰਨੇ ਆ। ਤੇ ਕੀ ਕੱਢਿਆ ਨਤੀਜਾ ਹੁਣ ਇਹਦਾ? ਨਤੀਜਾ ਤਾਂ ਦੇਖ ਮੈਂ ਇਹੀ ਕੱਢਿਆ, ਮੈਂ ਤਾਂ ਇਹੀ ਕਹਿੰਦੀ ਹਾਂ ਸਾਰੇ ਭੈਣ ਭਾਈਆਂ ਨੂੰ ਬਈ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਸੀਗੀ। ਕਦੇ ਵੀ ਤੁਸੀਂ ਦੇਖੋ ਹਰ ਇੱਕ ਪਿੰਡ 'ਚ ਇੱਕ ਅੱਧਾ ਬੰਦਾ ਵਿਹਲੜ ਇਹੋ ਜਿਹਾ ਹੁੰਦਾ, ਚੁਗਲੀ ਕਰਨੇ ਵਾਲਾ, ਭਾਨੀ ਮਾਰ ਜੀ ਨੂੰ ਕਹਿੰਦੇ, ਭਾਨੀ ਮਾਰ, ਠੀਕ ਹੈ, ਇੱਧਰ ਦੀਆਂ ਉੱਧਰ ਲਾਤੀਆਂ, ਉੱਧਰ ਦੀਆਂ ਉੱਧਰ ਲਾਤੀਆਂ। ਤੁਸੀਂ ਇਹੋ ਜਿਹੇ ਬੰਦਿਆਂ ਪਿੱਛੇ ਲੱਗ ਕੇ ਨਾ ਆਪਣੇ ਬੱਚਿਆਂ ਦੀ ਜ਼ਿੰਦਗੀ ਨਾ ਬਰਬਾਦ ਕਰਿਆ ਕਰੋ। ਮੈਂ ਤਾਂ ਇਹ ਕਹਿੰਦੀ ਹਾਂ ਵੀ ਤੁਹਾਨੂੰ ਵਿਚੋਲੇ ਦੇ ਸਿਰ 'ਤੇ ਵੀ ਨਹੀਂ 100% ਰਹਿਣਾ ਚਾਹੀਦਾ, ਆਪ ਪਤਾ ਕਰੋ, ਕਿਉਂਕਿ ਸਾਡਾ ਭਾਵੇਂ ਪੁੱਤ ਹੈ ਭਾਵੇਂ ਸਾਡੀ ਧੀ ਹੈ, ਉਹਦੀ ਜ਼ਿੰਦਗੀ ਦਾ ਸਵਾਲ ਹੈ, ਠੀਕ ਹੈ ਜੀ। ਤੁਸੀਂ ਹਮੇਸ਼ਾ ਆਪ ਅਗਲੇ ਦੀ, ਮੁੰਡੇ ਵਾਲੇ ਦੀ ਵੀ ਕੁੜੀ ਵਾਲੇ ਦੀ ਵੀ ਬੈਕਗਰਾਊਂਡ ਆਪ ਪਤਾ ਕਰਿਆ ਕਰੋ, ਕਿਹੋ ਜਿਹੇ ਬੰਦੇ ਆ, ਕਿਹਾ ਜਿਹਾ ਬੱਚਾ, ਕੀ ਬੱਚੇ ਦਾ ਸੁਭਾਅ ਏ, ਕੀ ਬੱਚੇ ਦਾ ਕਰੈਕਟਰ ਹੈ, ਸਭ ਕੁਛ ਤੁਸੀਂ ਦੇਖ। ਆਪਾਂ ਧੀਆਂ ਭੈਣਾਂ ਵਾਲੇ ਹਾਂ, ਮੈਂ ਡਾਇਰੈਕਟਲੀ ਉਹ ਕਹੂੰਗੀ ਵੀ ਜੋ ਵੀ ਤੁਸੀਂ ਪਤਾ ਕਰਨਾ ਉਹ ਤੁਸੀਂ ਆਪ ਕਰੋ। ਕਦੇ ਵੀ ਸਾਨੂੰ ਰਿਸ਼ਤੇਦਾਰ ਦੇ ਭਰੋਸੇ ਰਿਸ਼ਤਾ ਨਹੀਂ ਕਰਨਾ ਚਾਹੀਦਾ, ਕਦੇ ਸਾਨੂੰ ਭੈਣ ਭਾਈ ਦੇ ਭਰੋਸੇ ਵੀ ਨਹੀਂ ਰਿਸ਼ਤਾ ਕਰਨਾ ਚਾਹੀਦਾ, ਕਦੇ ਕਿਸੇ ਧੀਏ ਬੰਦੇ ਦੇ ਭਰੋਸੇ ਸਾਨੂੰ ਰਿਸ਼ਤਾ ਨਹੀਂ ਕਰਨਾ ਚਾਹੀਦਾ। ਅਸੀਂ ਆਪਣੀ ਧੀ ਨੂੰ ਤੋਰ ਦਿੰਦੇ ਹਾਂ, ਨਫਲਕ ਹੋ ਜਾਂਦੇ ਹਾਂ, ਠੀਕ ਹੈ ਜੀ।
कई बार पिछों बहुत कुछ निकल आता है। ठीक है जी, बच्चा भी गलत हो सकता है, कारोबार भी घट वध हो सकता है, बहुत कुछ हो सकता है। अपनी तसली करिया करो, मापे धीए बंदे दे भरोसे नहीं रहना। ठीक है जी, थानू साड़ी ये कोशिश वधिया लगी तो कमेंटा जरूर दस्यो, साडे चैनल नू सबसक्राइब लाइक ते शेयर जरूर जरूर करो। ठीक है जी, सत श्री अकाल जी, धन्यवाद जी।